ਜਦੋਂ ਜਦੋਂ ਮੈਂ ਮਨ ਚ کہہ ਰਿਹਾ ਮੈਂ ਕਿ ਵੀ ਵਾਈ ਗਰੂ ਜੇ ਬੰਦਾ ਸਾਰਾ ਕੁਝ ਜਾਣਦਾ ਨਾ ਇਹ ਫਕੀਰਾ ਕੋਈ ਇਹ ਮੇਰੀ ਵੋਟੀ ਨੂੰ ਆਵਾਜ਼ ਮਾਰੀ ਮੈਂ ਇਹਦੇ ਨਾਲ ਜਾਮਾ ਹੂੰ ਜੇ ਮੈਨੂੰ ਆਵਾਜ਼ ਮਾਰੀ ਸ਼ਾਇਦ ਇਹਨਾਂ ਲੱਗੇ ਕਿ ਮੇਰੀ ਕਿਸੇ ਨੂੰ ਪਛਾਣਨਾ ਕੀ ਤਾਂ ਆਵਾਜ਼ ਪੈ ਗਈ ਮੈਨੂੰ ਮੇਰਾ ਜਦ ਕਿ ਪਤਾ ਨਹੀਂ ਮੇਰਾ ਮਾਸਕ ਲੱਗ ਗਿਆ ਪਛਾਣ ਕੇ ਮੈਨੂੰ ਪਛਾਣ ਕੇ ਨਾ ਆਵਾਜ਼ ਮਾਰੇ ਬਾਈ ਸੰਚੋਤ ਨੇ ਆਵਾਜ਼ ਮਾਰਿਆ 10 ਬੰਦਿਆਂ ਤੋਂ ਬਾਅਦ वो बहन जो बैठी है दुपट्टा ओढ़े जो भी बोलिया वो उठ के तुर पी mm. मैं बैठा एक सिक्योरिटी ओद आया सिर्फ कोई भाई साहब आप उनके साथ हो ना आप मैं खाया जी मैं उनका पति हूँ आप भी जाइए ना mm. उत्थे पहुंचे कहते बताओ बहन क्या प्रॉब्लम है mm. कहें इन, इनका काम नहीं चल रहा उन्होंने ये भी नहीं पता बोलना क्या जा कहरिओम जी महाराज mm. जी हरिओम ਉਨਨ ਲੱਗਿਆ ਵੀ ਸ਼ਾਇਦ ਇਹ ਹਰੀਮ ਕਹਿੰਦੇ ਨੇ ਕਿਉਂਕਿ ਆਪਾਂ ਨੂੰ ਆਪਣੇ ਤਰਫੋਂ ਦਾ ਪਤਾ ਵਾਇਗਰ ਸਸਰੀਕਲ ਬੋਲਦੇ ਆ ਕੀ ਬੋਲਦੇ ਆ ਜੀ ਨਹੀਂ ਦੂਜੇ ਦਾ ਪਤਾ ਕੁਛ ਮਰੇ ਜੀ ਹਰੀਮ ਹਾਂ ਜੀ ਉਹ ਉਹਨੇ ਬੋਲਿਆ ਬਤਾਓ ਉਹਨੇ ਗੱਲਾਂ ਬੋਲੀਆਂ ਅਲੀ ਨੇ ਬੋਲਿਆ ਕਿ ਇਨਕਾ ਕੰਮ ਮੇਰੇ ਮਰੇ ਜੀ ਕੰਮ ਨਹੀਂ ਚੱਲ ਰਹਾ ਕਰਜ਼ਾ ਬਹੁਤ ਹੈ ਹਮ ਮੈਂਦੇ ਬੋਲਿਆ ਕਿਉਂਕਿ ਮੈਨੂੰ ਬੰਦਾ ਬੰਦਾ ਨਹੀਂ ਮੈਨੂੰ ਉਸ ਟਾਈਮ ਉਹ ਵੀ ਰੱਬ ਦਾ ਰੂਪ ਲੱਗਦਾ ਸੀ ਕਿ ਮੈਂ ਇਹਦੇ ਕੋਲ ਜੇ ਆਇਆ ਫਰਿਆਦ ਲੈ ਕੇ ਵੀ ਇਹ ਚ ਵੀ ਰੱਬ ਹੈ ਉਹਨੇ ਮੈਨੂੰ ਪਤਾ ਨਹੀਂ ਲੱਗਿਆ ਮੈਂ ਤੁਰ ਰੋਇਆ ਕਰ ਦੋਗੇ ਮੈਂ ਉਸ ਸਮਨ ਨਹੀਂ ਪਤਾ ਚਲ ਛੋੜ ਤੂੰ ਇਹ ਮੇਰਾ ਕੰਮ ਹੈ ਤੂੰ ਸ਼ਬਦ गाना ਸੁਣਾ ਕੋਈ गाना बोल मैं तो मुंह से बोल नहीं निकल रहा ਸੀ अचानक ਜਿਵੇਂ ਆਪਾਂ ਕੋਈ ਬੇਨਤੀ ਕਰਦੇ ਹਾਂ ਅਰਦਾਸ ਕਰਦੇ ਹਾਂ ਮੈਂ ਵਾਹਿਗੁਰੂ ਅੱਗੇ ਆਪਣੇ ਵੱਲੋਂ ਆਪਣੇ ਵਾਹਿਗੁਰੂ ਅੱਗੇ ਉਹ ਗਾਣਾ ਬੋਲਿਆ ਤੇਰੀ ਨਜ਼ਰ ਸਵਰਦੀ ਤੇਰੀ ਨਜ਼ਰ ਸਵਰਦੀ